ਤੋਂ ਡਾ ਮਨ ਨਹੀਂ ਬਣਿਆ, ਬਾਹਰ ਬੂਰ ਨੂੰ ਜਹਾਜ਼ ਚੜੀ ਜਾਂਦੇ ਲੋਕ? ਨਹੀਂ ਬਣਿਆ ਨੀ, ਆਪਾਂ ਨੂੰ ਇੱਧਰ ਹੀ ਖੇਤੀਬਾੜੀ ਦਾ ਤੇ ਪਸ਼ੂਆਂ ਦਾ ਹੀ ਸ਼ੌਂਕ ਹੈ ਜੀ। ਠੀਕ ਆ, ਹਾਂਜੀ। ਤੇ ਵੀਰ ਦਾ ਕਹਿਣਾ ਜੇ ਮੈਂ ਬਾਹਰ ਉੱਠ ਗਿਆ ਤਾਂ ਮੱਕੀ ਕੌਣ ਬੀਜੂਗਾ? ਹਵਾ ਤੇ ਚੱਲਦਾ ਹੈ, ਠੀਕ ਹੈ ਉਹ ਚੀਜ਼ ਆ। ਉਹਦੇ ਵਿੱਚ ਇੱਕ ਇਹਦੇ ਮੀਟਰ ਲੱਗਿਆ ਹੋਇਆ ਜਿਹਨੂੰ ਕਿ ਟਰੈਕਟਰ ਨੂੰ ਤੁਸੀਂ ਆਪਦੇ ਗੇਅਰਾਂ ਦੀ ਸਪੀਡ ਮੁਤਾਬਕ ਜਿੱਥੇ ਮਰਜ਼ੀ ਲੈ ਜਾਓ, ਬਟ ਉਹਦਾ ਜਿਹੜਾ ਪ੍ਰੈਸ਼ਰ ਹੈ 55 to 60 ਦੇ ਵਿੱਚ ਰਹਿਣਾ। ਸੈਂਟੀਮੀਟਰ ਆਪਣੇ ਕੋਲ, ਇੰਚੀ ਟੇਪ ਉਹ ਆਪਣੇ ਕੋਲ ਆ, ਕੇਰਾ ਮਸ਼ੀਨ ਚਲਾ ਕੇ ਅਗਲੇ ਨੂੰ ਦੱਸ ਦਿੰਦੇ ਹਾਂ ਵੀ ਇਹ ਲੈ ਹੁਣ ਤੇਰਾ ਦਾਣਾ 7 ਇੰਚੀ ਤੇ, 7 ਇੰਚੀ ਤੇ ਹੀ ਡਿੱਗੂਗਾ। ਠੀਕ ਆ, ਠੀਕ ਹੈ। ਪਰ ਜਿਹੜੇ ਵਾਹਣ ਦੇ ਵਿੱਚ ਆਪਾਂ ਮੱਕੀ ਦੀ ਕਾਸ਼ਤ ਕਰਨੀ ਹੈ, ਚਾਹੇ ਕਣਕ ਵਾਲੇ 'ਚ ਕਰਕੇ, ਆਲੂ ਵਾਲੇ 'ਚ ਕਰਕੇ, ਵਾਹਣ ਉਹਨੂੰ ਚੰਗਾ ਹੀ ਹੋਣਾ ਚਾਹੀਦਾ। ਜੇ ਆਪਣਾ ਇਹ ਖਾਲੀ ਛੋਟੀ ਬਣੀ ਹੋਵੇ ਤਾਂ ਫਿਰ ਆਪਾਂ ਨੂੰ 2 ਕਿੱਲਿਆਂ 'ਤੇ ਖਾਲਾ ਪਾਉਣਾ ਪੈਂਦਾ। ਹਾਂਜੀ ਕਿਸਾਨ ਵੀਰੋ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ, ਪਲਾਂਟਰ ਆਇਆ ਆਪਣੇ ਕੋਲ ਨਵਾਂ ਜਮਾਂ ਮੱਕੀ ਬੀਜਣ ਵਾਲਾ, ਅਤੇ ਭਰਾ ਸਾਡੇ ਹੈਗੇ ਆ ਜੀ ਜੈਤੋ ਤੋਂ, ਅਤੇ ਕਰਦੇ ਇਹਨਾਂ ਨਾਲ ਪੂਰੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਰਾ ਦਾ ਸ਼ੁਭ ਨਾਮ ਜੀ? ਮੇਰਾ ਨਾਮ ਬਾਈ ਜੀ ਲਖਵੀਰ ਸਿੰਘ, ਚੰਦਭਨ ਪਿੰਡ ਆਪਣਾ। ਠੀਕ ਹੈ ਜੀ। ਆਪਣਾ ਕੋਈ ਸੀਡ ਦਾ ਵੀ ਹੈਗਾ? ਹਾਂ ਬਾਈ ਜੀ, ਆਪਣੀ ਫਰਮ ਹੈ ਜੈਤੋ ਲਖਵੀਰ ਖੇਤੀ ਸੇਵਾ ਸੈਂਟਰ ਦੇ ਨਾਂ 'ਤੇ। ਠੀਕ ਹੈ। ਉੱਥੇ ਆਪਾਂ ਸੀਡ ਪੈਸਟੀਸਾਈਡ ਫਰਟੀਲਾਈਜ਼ਰ ਦਾ ਕੰਮ ਕਰਦੇ ਹਾਂ ਕਾਫੀ ਲੰਮੇ ਸਮੇਂ ਤੋਂ। ਠੀਕ ਹੈ ਜੀ। ਅਤੇ ਨਾਲ ਨਾਲ ਜਿਵੇਂ ਹੁਣ ਆਪਾਂ ਖੇਤੀਬਾੜੀ ਦਾ ਐਗਰੀਕਲਚਰ ਦਾ ਨਾਲ ਸਾਰਾ ਕੰਮ ਕਰਦੇ ਹਾਂ ਜੀ, ਅਤੇ ਉਸ ਦੇ ਅਕੋਰਡਿੰਗ ਜਿਵੇਂ ਜਿਵੇਂ ਕੋਈ ਸਮੇਂ ਦੇ ਅਨੁਸਾਰ ਸੰਦਾਂ ਦੀ ਆਪਾਂ ਨੂੰ ਜ਼ਰੂਰਤ ਉਵੇਂ ਪਰਚੇਜ਼ ਕਰਦੇ ਰਹਿੰਦੇ, ਉਹ ਚੀਜ਼ ਦਾ ਆਪਾਂ ਨੂੰ ਹੋਰ ਵੀ ਬੈਨੀਫਿਟ ਹੋ ਜਾਂਦਾ ਨਾਲ। ਅਤੇ ਇਹ ਜਿਹੜਾ ਆਪਾਂ ਲਿਆਂਦਾ ਜੀ ਪਲਾਂਟਰ ਨਵਾਂ ਲਿਆਂਦਾ, ਇਹ ਫਿਰ ਕਦੋਂ ਕਦਾ ਸ਼ੌਂਕ ਸੀ ਕਿ ਕੰਮ ਨੂੰ ਦੇਖਦੇ ਹਾਂ ਵੀ ਤੁਸੀਂ ਇਹ ਬਾਈ ਜੀ? ਵੈਸੇ ਤਾਂ ਜੇ ਸਾਡੇ ਜੈਤੋ ਦੀ ਗੱਲ ਕਰੀਏ ਤਾਂ ਅਸੀਂ ਸਾਇਲੇਜ ਦਾ ਕੰਮ ਤਕਰੀਬਨ ਪਹਿਲੇ ਜਿਹੜੇ ਮੂਹਰਲੇ ਬੰਦਿਆਂ ਨੇ ਸ਼ੁਰੂ ਕੀਤਾ ਉਹਨਾਂ 'ਚੋਂ ਹੀ ਆ, ਕਿਉਂਕਿ ਆਪਣੇ ਕੋਲ ਨਾਲ ਡੈਰੀ ਦਾ ਵੀ ਕੰਮ ਹੈ, ਪਸ਼ੂ ਘਰੇ ਰੱਖੇ ਹੋਏ ਆ। ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਮਸ਼ੀਨ ਲੈ ਕੇ ਆਉਂਦੀ ਸੀ ਸਹਿਣੇ ਤੋਂ। ਅੱਛਾ ਜੀ। ਹਾਂ, ਉਹ ਅਸੀਂ ਪਿਛਲੇ ਸਾਲਾਂ ਤੱਕ ਚਲਾਈ ਆ, ਪਰ ਉਹਦੇ 'ਚ ਕੀ ਆ, ਉਸ ਬਿਜਾਈ ਦੇ ਅਤੇ ਇਹ ਬਿਜਾਈ ਦੇ ਵਿੱਚ ਕਾਫੀ ਫਰਕ ਆ। ਫਿਰ ਜਿਵੇਂ ਆਪਣੇ ਪਲਾਂਟਰ ਹੋਰ ਵੀ ਏਰੀਏ ਦੇ ਵਿੱਚ ਆਏ ਸੀ, ਉਹ ਚੀਜ਼ ਦਾ ਇਹ ਚੀਜ਼ ਨੂੰ ਵੇਖਦੇ ਹੋਏ ਅਸੀਂ ਫਿਰ ਐਤਕੀ ਇਹ ਮਨ ਬਣਾਇਆ ਵੀ ਅਸੀਂ 2-3 ਪਰਿਵਾਰ ਹੈਗੀਆਂ ਰਲ ਕੇ ਕੰਮ ਕਰਦੇ ਹਾਂ, ਜਿਵੇਂ ਇਹ ਮੁੰਡਾ ਆਪਣਾ ਆਪਦਾ ਹੀ ਹੈ, ਮੁੰਡਾ ਮਣੀ ਹੈ ਖਚਣਾ ਤੋਂ, ਇੱਕ ਆਪਣਾ ਪਰਿਵਾਰ ਹੋਰ ਆਖ ਲਈਏ, ਤੋਂ ਅਸੀਂ ਇਹ 3-4 ਬੰਦਿਆਂ ਨੇ ਜਿਵੇਂ ਇੱਕ ਐਜ਼ ਅ ਗਰੁੱਪ ਵਾਈਜ਼ ਕੰਮ ਕਰਦੇ ਹਾਂ, ਅਸੀਂ ਫਿਰ ਐਤਕੀ ਇਹ ਪਰਚੇਜ਼ ਕੀਤੇ ਆ। ਇੱਕ ਇਹਦਾ ਹੋਰ ਰੀਜ਼ਨ ਸੀ ਤੁਹਾਡੀ ਗੱਲ ਵਿੱਚ ਆ ਵੀ ਜਿਵੇਂ ਹੁਣ ਆਪਣੀ ਸੀਡ ਫਰਟੀਲਾਈਜ਼ਰ ਸੀਡ ਦਾ ਕੰਮ ਆ। ਠੀਕ ਹੈ ਜੀ। ਸੀਡ ਦਾ ਕੰਮ ਹੈ, ਸੀਡ ਸਾਰੇ ਮੱਕੀ ਦੇ ਮਹਿੰਗੇ ਆ ਬਾਈ ਜੀ, ਜਿੰਨੇ ਹੁਣ ਆਪਣੇ ਨਾਲ ਫਾਰਮਰ ਜੁੜੇ ਹੋਏ ਆ, ਆਪਾਂ ਹੁਣ ਜਦੋਂ ਉਹਨਾਂ ਨੂੰ ਸੀਡ ਦਿੰਦੇ ਸੀ ਤਾਂ ਜਦੋਂ ਵਜਾਣ ਦਾ ਕੰਮ ਚੱਲਦਾ ਸੀ, ਜਿਹੜੀਆਂ ਨੋਰਮਲ ਮਸ਼ੀਨਾਂ ਪਿੰਡਾਂ 'ਚ ਬੀਜਦੀਆਂ ਪਲਾਂਟਰ ਤੋਂ ਬਗੈਰ, ਉਹ ਕੋਈ ਵੀ ਡੂੰਘਾ ਬੀਜਦੀ ਸੀ, ਕਿਸੇ ਜਰਮੀਨੇਸ਼ਨ ਦਾ ਫਰਕ ਆ ਜਾਂਦਾ ਸੀ, ਉਹਦੇ ਕਰਕੇ ਸਾਨੂੰ ਜ਼ਿਮੀਂਦਾਰ ਨੂੰ ਉਹ ਚੀਜ਼ ਵਾਸਤੇ ਸਾਨੂੰ ਦਿੱਕਤ ਆਉਂਦੀ ਸੀ। ਫਿਰ ਹੁਣ ਜਿਵੇਂ ਆਪਣਾ ਸੀਡ ਦਾ ਕੰਮ ਬਹੁਤ ਵਧੀਆ, ਅਸੀਂ ਇਹ ਚੀਜ਼ ਨੂੰ ਨਾਲ ਲੈ ਲਿਆ ਵੀ ਫਾਰਮਰ ਵੀ ਆਪਣੇ ਹੈਗੇ ਆ, ਜਿਵੇਂ ਆਸੇ ਪਾਸੇ ਪਿੰਡਾਂ 'ਚ ਅਸੀਂ 3-4 ਬੰਦੇ ਹੋ ਗਏ, ਉਸ ਮੁਤਾਬਕ ਉਹ ਸਾਰੇ ਜ਼ਿਮੀਂਦਾਰਾਂ ਨੂੰ ਹੁਣ ਸੀਡ ਦੀ ਵੀ ਕੋਈ ਦਿੱਕਤ ਨਹੀਂ। ਠੀਕ ਹੈ ਜੀ। ਸੀਡ ਵੀ ਆਪਾਂ ਆਪਦੇ ਕੋਲੋਂ ਜਿਹੜਾ ਕੰਮ ਆਮ ਰੇਟ ਚੱਲਦਾ ਬਾਜ਼ਾਰ ਦੇ ਵਿੱਚ ਉਦੋਂ ਰੇਟ ਘੱਟ ਲਾ ਕੇ ਦੇ ਦਿੰਦੇ ਹਾਂ। ਠੀਕ ਹੈ। ਨਾਲੇ ਜਿੰਨੀ ਸੀਡ ਦੀ ਜ਼ਰੂਰਤ ਆ ਉਹਨਾਂ ਫਾਰਮਰ ਆਪਣੇ ਤੋਂ ਲੈ ਲੈਂਦਾ, ਉਹਦਾ ਬੀਜ ਦਿੰਦੇ। ਠੀਕ ਹੈ। ਇਹਦੀ ਆਪਾਂ ਨੂੰ ਦਿਓਗੇ ਜੀ ਜਾਣਕਾਰੀ ਫਿਰ ਕਿੰਨਾ ਕੁ ਸੀਡ ਕਿੱਲੇ ਦਾ ਪਾਉਂਦੀ ਹੈ ਅਤੇ ਕੀ ਸਿਸਟਮ ਆ ਜਿਹੜਾ ਇਹ ਦਾਣਾ ਦਾਣਾ ਖਿੱਚਦੀ ਹੈ ਜੀ? ਇਹਦਾ ਇਹ ਬਾਈ ਜਿਹੜਾ ਸਿਸਟਮ ਹੈ ਇਹਦਾ ਸਾਰਾ ਹਵਾ 'ਤੇ ਚੱਲਦਾ। ਠੀਕ ਹੈ। ਉਹ ਚੀਜ਼ ਆ ਉਹਦੇ ਵਿੱਚ ਇੱਕ ਇਹਦੇ ਮੀਟਰ ਲੱਗਿਆ ਹੋਇਆ ਜਿਹਨੂੰ ਕਿ ਟਰੈਕਟਰ ਨੂੰ ਤੁਸੀਂ ਆਪਦੇ ਗੇਅਰਾਂ ਦੀ ਸਪੀਡ ਮੁਤਾਬਕ ਜਿੱਥੇ ਮਰਜ਼ੀ ਲੈ ਜਾਓ, ਬਟ ਉਹਦਾ ਜਿਹੜਾ ਪ੍ਰੈਸ਼ਰ ਹੈ 55 to 60 ਦੇ ਵਿੱਚ ਰਹਿਣਾ ਚਾਹੀਦਾ ਤੁਹਾਡਾ। ਠੀਕ ਹੈ ਜੀ, ਠੀਕ। ਉਸ ਤੋਂ ਬਾਅਦ ਇਹਨੇ ਜਿਹੜਾ ਦਾਣਾ ਦਾਣਾ ਚੱਕ ਕੇ ਹਵਾ ਦੇ ਨਾਲ ਹੀ ਸਿਸਟਮ ਹੈ ਇਹਦਾ, ਕੋਈ ਐਂ ਜੈਨੂਨ ਪੋਰ ਹੈ ਨਹੀਂ, ਦੂਜੀ ਮਸ਼ੀਨ ਵਾਂਗੂ ਵੀ ਆਪਦੀ ਆਪ ਆਉਂਦਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਕਿ ਕਿਲੋ ਦੀ, ਕਿਲੋ ਦਾ ਇਹਦੇ ਨਾਲ ਕੋਈ ਬਾਹਲਾ ਮੇਲ ਜੋਲ ਹੈ ਨਹੀਂ। ਠੀਕ ਹੈ ਜੀ। ਕੋਈ ਤਾਂ ਬੀ ਸਾਈਜ਼ ਮੋਟਾ ਹੈ, ਜਿਵੇਂ 100 ਗ੍ਰਾਮ ਦੇ ਵਿੱਚ ਥੋੜ੍ਹੇ ਦਾਣੇ ਚੜ੍ਹਦੇ ਆ, ਕੋਈ ਦਾਣੇ ਵੱਧ ਚੜ੍ਹਦੇ ਆ। ਇਹਦਾ ਗਲਾਰੀਆਂ ਦੇ ਨਾਲ ਸਿਸਟਮ ਹੈ ਵੀ ਫਾਰਮਰ ਆ ਜਿਹੜਾ ਆਪਣਾ ਉਹਦੀ ਡਿਮਾਂਡ ਕੀ ਹੈ, ਵੀ ਉਹ 7 ਇੰਚੀ 'ਤੇ ਦਾਣਾ ਚਾਹੁੰਦਾ ਜਾਂ 8 ਇੰਚੀ 'ਤੇ ਦਾਣਾ ਚਾਹੁੰਦਾ ਜਾਂ 6 ਇੰਚੀ 'ਤੇ ਚਾਹੁੰਦਾ। ਠੀਕ ਹੈ। ਉਹ ਇੰਚੀ ਦੇ ਹਿਸਾਬ ਨਾਲ ਇਹਦਾ ਸੈੱਟ ਕਰਕੇ ਮਸ਼ੀਨ ਨੂੰ ਆਪਾਂ ਉਸ 'ਤੇ ਚਲਾ ਦਿੰਦੇ ਹਾਂ,
ਅਤੇ ਜਿਹੜਾ ਸੈਂਟੀਮੀਟਰ ਆਪਣੇ ਕੋਲ ਇੰਚੀ ਟੇਪ ਉਹ ਆਪਣੇ ਕੋਲ ਆ, ਕੇਰਾ ਮਸ਼ੀਨ ਚਲਾ ਕੇ ਅਗਲੇ ਨੂੰ ਦੱਸ ਦਿੰਦੇ ਹਾਂ ਵੀ ਆਹ ਲੈ ਹੁਣ ਤੇਰਾ ਦਾਣਾ 7 ਇੰਚੀ 'ਤੇ, 7 ਇੰਚੀ 'ਤੇ ਹੀ ਡਿੱਗੂਗਾ। ਠੀਕ ਆ, ਪੂਰਾ 7 ਇੰਚੀ 'ਤੇ? ਹਾਂ, ਉਹਨੇ 'ਤੇ। ਪਰ ਆਪਣਾ ਜ਼ਿਮੀਂਦਾਰ ਆ ਨਾ, ਪਰ ਇਹੋ ਜਿਹਾ ਜ਼ਿਮੀਂਦਾਰ ਤਾਂ ਆਪਾਂ ਨੂੰ ਕਹਿੰਦੇ ਸੀ ਤੁਹਾਨੂੰ ਹੁਣ ਤੁਸੀਂ ਵੇਖ ਲਓ ਜੇ ਅਸੀਂ ਪਕਾਵੀ ਰੱਖਣੀ ਹੈ ਜਿਹੜੀ ਮੱਕੀ ਉਹਦਾ ਥੋੜ੍ਹਾ ਜਿਹਾ ਵਿਰਲਾ ਕਰ ਦਿੰਦੇ, ਵਿਰਲਾ ਕਰਦੇ ਹਾਂ। ਜਿਹੜੀ ਸੈਲਜ ਵਾਲੀ ਹੈ ਵੈਸੇ ਉਹ ਕਣਕ ਵਾਲੇ ਵਾਹਣਾਂ 'ਚ ਚੱਲਦੀ ਆ ਆਪਣੇ ਏਰੀਏ 'ਚ, ਤਾਂ ਉਹਦਾ ਇੰਚੀ 2 ਇੰਚੀ ਨੇੜੇ ਕਰ ਨੇੜੇ ਕਰ ਦਿੰਦੇ ਹਾਂ। ਅਤੇ ਇਹਨੂੰ ਆਪਾਂ ਨੂੰ ਜ਼ਮੀਨ ਕਿਹੋ ਜਿਹੀ ਚਾਹੀਦੀ ਹੈ ਜੀ, ਜਿਵੇਂ ਪੋਲੀ ਜਾਂ ਸਖ਼ਤ, ਕਿੰਨੀ ਕੁ ਜ਼ਮੀਨ ਆਪਾਂ ਨੂੰ? ਜ਼ਮੀਨ ਵੈਸੇ ਦੇਖੋ ਬਾਈ ਜੀ, ਜਿਹੜੇ ਵਾਹਣਾਂ 'ਚ ਆਪਾਂ ਮੱਕੀ ਕਰਨੀ ਹੈ, ਠੀਕ, ਜ਼ਮੀਨ 'ਚ ਤਾਂ ਆਪਾਂ ਨੂੰ ਖੁਰਾਕੀ ਤੱਤ ਪੂਰੇ ਹੋਣੇ ਚਾਹੀਦੇ ਆ। ਠੀਕ ਹੈ, ਜਿਹੜੇ ਹੁਣ ਆਪਾਂ ਬੀਜ ਰਹੇ ਹਾਂ ਉਹ ਤਾਂ ਤਕਰੀਬਨ ਵਾਹਣ ਚੰਗੇ ਹੀ ਹੈ, ਗਾਂਹ ਵਧੂ ਕਿਸਾਨ ਹੀ ਹੈ, ਕਿਸੇ ਨੇ ਤਾਂ ਸਰੋਂ ਐਡਵਾਂਸ ਦੇ ਵਿੱਚ ਲਾ ਲਈ ਉਹ ਬੀਜ ਰਿਹਾ, ਜਾਂ ਜ਼ਿਆਦਾਤਰ ਆਲੂਆਂ ਵਾਲੇ ਆ, ਠੀਕ, ਉਹ ਵਾਹਣ ਚੰਗੇ ਹੈ। ਠੀਕ ਹੈ, ਪਰ ਜਿਹੜੇ ਵਾਹਣ ਦੇ ਵਿੱਚ ਆਪਾਂ ਮੱਕੀ ਦੀ ਕਾਸ਼ਤ ਕਰਨੀ ਹੈ, ਚਾਹੇ ਕਣਕ ਵਾਲੇ 'ਚ ਕਰਕੇ, ਆਲੂ ਵਾਲੇ 'ਚ ਕਰਕੇ, ਵਾਹਣ ਉਹਨੂੰ ਚੰਗਾ ਹੀ ਹੋਣਾ ਚਾਹੀਦਾ। ਠੀਕ, ਜੇ ਚਲੋ ਕਈ ਵਾਰ ਕੋਈ ਠੇਕੇ ਹਿੱਸੇ ਵਾਲਾ ਬੰਦੇ ਕੋਲ ਜਾਂ ਵਾਹਣ ਨਰਮ ਹੁੰਦਾ, ਫਿਰ ਉਹਦੇ ਵਿੱਚ ਜਿਹੜੀਆਂ ਆਪਣੀ ਖਾਦ ਖੁਰਾਕ ਹੈਗੀ ਹੈ ਉਹ ਫਿਰ ਥੋੜ੍ਹੀ ਜਿਹੀ ਉਹਦੀ ਵਾਹਣ ਦੇ ਮੁਤਾਬਕ ਡੋਜ ਅੱਗ ਪਲੱਸ ਕਰਕੇ ਫਾਰਮਰ ਨਾਲ ਰਾਇ ਕਰਕੇ ਅਸੀਂ ਉਵੇਂ ਕਰਵਾ ਦਿੰਦੇ ਹਾਂ। ਠੀਕ ਹੈ, ਠੀਕ ਹੈ। ਅਤੇ ਜ਼ਮੀਨ ਆਪਾਂ ਨੂੰ ਇਹ ਸਖ਼ਤ ਚਾਹੀਦੀ ਆ ਕਿ ਪੋਲੀ ਪੂਰੀ ਚਾਹੀਦੀ? ਜ਼ਮੀਨ ਚੱਲਣ ਦੇ ਵਿੱਚ ਦਿੱਕਤ ਨਾ? ਜ਼ਮੀਨ ਜਿਹੜਾ ਹੈਗਾ ਉੱਤੋਂ ਤਾਂ ਸੁਹਾਗਾ ਥੋੜ੍ਹਾ ਜਿਹਾ ਵੱਜਿਆ ਹੋਵੇ, ਸੁਹਾਗਾ ਵੱਜ ਕੇ ਸਖ਼ਤ ਹੋਈ ਹੋਵੇ, ਠੀਕ ਹੈ, ਤਾਂ ਫਿਰ ਉਰੇ ਬਹੁਤ ਵਧੀਆ ਸੋਹਣੇ ਅਤੇ ਸਾਫ਼ ਨਿਕਲਦੇ ਆ। ਠੀਕ ਹੈ ਜੀ। ਜਿਹੜੀ ਆਪਣੀ ਹੈਗੀ ਜ਼ਮੀਨ ਵਾਹੁਣ ਦੀ ਗੱਲ, ਆਪਣੇ ਜ਼ਿਆਦਾਤਰ ਆਪਾਂ ਹਲਾਂ ਨਾਲ ਹੀ ਜ਼ਮੀਨ ਵਾਹੁੰਦੇ ਹਾਂ, ਕੋਈ 11 ਨਾਲ ਵਾਹੁੰਦਾ, ਕੋਈ 13 ਨਾਲ ਵਾਹੁੰਦਾ, ਪਰ ਉਹਦੇ ਬਜਾਏ ਜੇ ਕਿਤੇ ਆਪਣੀ ਇਹ ਸੱਬਲਾਂ ਵਾਲੇ ਹਲਾਂ ਨਾਲ ਵਾਹਣ ਵਾਹਿਆ ਜਾਵੇ, ਬੇਸ਼ੱਕ ਇੱਕ ਵਾਰੀ ਵਾਹਿਆ ਜਾਵੇ, ਜੇ 2 ਵਾਰੀ ਵਾਹਿਆ ਜਾਵੇ ਤਾਂ ਬਹੁਤ ਸੋਹਣੀ ਗੱਲ ਹੈ। ਠੀਕ, ਜੇ 1 ਵਾਰੀ ਵੀ ਸੱਬਲਾਂ ਵਾਲੇ ਹਲਾਂ ਨਾਲ ਵਾਹਣ ਵਾਹ ਕੇ ਤਿਆਰ ਕਰਿਆ ਜਾਵੇ ਤਾਂ ਉੱਥੇ ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਜੀ। ਠੀਕ ਹੈ, ਕਿਉਂਕਿ ਇਹਦਾ ਫਾਲਾ ਕੀ ਹੈ, ਜਿਵੇਂ ਹੁਣ ਆਮ ਮਸ਼ੀਨਾਂ ਉਹਨਾਂ ਦਾ ਜਿਹੜਾ ਥੱਲੇ ਫਾਲਾ ਲੱਗਿਆ ਉਹ ਆਮ 4 ਇੰਚੀ ਲੱਗਿਆ ਹੋਇਆ, ਅਸੀਂ ਤਕਰੀਬਨ ਜਿੰਨੀਆਂ ਸਾਡੇ ਕੋਲ ਮਸ਼ੀਨਾਂ ਅਸੀਂ ਇਹਦਾ 6 ਇੰਚੀ ਲਵਾਇਆ ਹੋਇਆ। ਠੀਕ ਹੈ, ਉਹਦੇ ਨਾਲ ਕੀ ਆ ਵੀ ਜਿਵੇਂ ਹੁਣ ਫਾਰਮਰ ਦੀ ਜੇ ਅਸੀਂ ਖੇਤ ਦੀ ਲਵਾਈ ਹੈ 3 ਤੋਂ 4 ਕਿੱਲੇ ਵਾਲੀ ਦੀ, ਜਿਹੜੀ ਆਪਾਂ ਉਹਨੂੰ ਪਾਣੀ ਇੱਕ ਪਾਸੋਂ ਸਾਈਡ ਤੋਂ ਲਾ ਸਕਦੇ ਹਾਂ, ਜੇ ਆਪਣਾ ਇਹ ਖਾਲੀ ਛੋਟੀ ਬਣੀ ਹੋਵੇ ਤਾਂ ਫਿਰ ਆਪਾਂ ਨੂੰ 2 ਕਿੱਲਿਆਂ 'ਤੇ ਖਾਲਾ ਪਾਉਣਾ ਪੈਂਦਾ, ਉਹ ਕੰਮ ਬਹੁਤ ਵੱਧ ਜਾਂਦਾ ਆਪਣਾ, ਜੇ ਸਾਇਲਜ ਪਾਉਣਾ ਉਹਦੇ ਵਾਸਤੇ ਫਿਰ ਸਪੈਸ਼ਲ ਉਹਨੂੰ ਲੇਬਰ ਉਹ 'ਤੇ ਲਾਉਣੀ ਪੈਂਦੀ ਹੈ। ਇਹਦਾ ਸਾਨੂੰ ਬੈਨੀਫਿਟ ਇਹ ਹੈ ਵੀ ਜਿਹੜਾ ਆਪਾਂ ਇਹ ਚੌੜਾ ਲਵਾਇਆ ਵਾ, ਕੰਮ ਜ਼ਰੂਰ ਥੋੜ੍ਹਾ ਜਿਹਾ ਔਖਾ, ਟਰੈਕਟਰ ਤੇਲ ਵੀ ਵੱਧ ਖਾਊਗਾ ਆਮ ਲੋਕਾਂ ਨਾਲੋਂ, ਪਰ ਇਹਦੇ ਨਾਲ ਲੰਮੇ ਸਮੇਂ ਨਾਲ ਆਪਣੇ ਗਾਹਕ ਆਪਣੇ ਨਾਲ ਚੱਲਣਗੇ। ਠੀਕ, ਉਹਦੇ 'ਚ 3 ਕਿੱਲਿਆਂ ਤੱਕ ਵੀ ਜੇ 4 ਕਿੱਲਿਆਂ ਤੱਕ ਲਾਮ ਆ ਤਾਂ ਆਪਾਂ ਪਾਣੀ ਸਹਿਜ ਨਾਲ ਲਾ ਸਕਦੇ ਹਾਂ, ਵਿੱਚ ਆਪਾਂ ਨੂੰ ਕੋਈ ਖਾਲ ਵਗੈਰਾ ਆੜ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਹਾਂਜੀ, ਲੰਬਾਈ ਡੂੰਘਾਈ 'ਚ ਜਾਊਗਾ ਤਾਂ ਹਾਂਜੀ 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 ਉਹਨੂੰ ਜਗ੍ਹਾ ਮਿਲ ਜਾਂਦੀ ਹੈ ਬਾਈ ਜੀ, 6 ਇੰਚੀ ਫਾਲਾ ਹੋਣ ਕਰਕੇ ਉਹ ਚੀਜ਼ ਦਾ ਫਰਕ ਪੈ ਜਾਂਦਾ। ਤਾਂ ਵੀਰੋ ਬਾਈ ਨਾਲ ਕੀਤੀ ਪੂਰੀ ਗੱਲਬਾਤ, ਅਤੇ ਬਾਈ ਦਾ ਨੰਬਰ ਵੀ ਲੈਂਦੇ ਹਾਂ, ਅਤੇ ਜਿਹੜੇ ਇੱਥੇ ਆਪਣੇ ਕੋਟਕਪੂਰੇ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਕੋਈ ਮੱਕੀ ਵਜਾਉਣਾ ਚਾਹੁੰਦਾ ਹੋਵੇ ਤਾਂ ਭਰਾ ਨਾਲ ਤਾਲਮੇਲ ਕਰ ਸਕਦਾ, ਅਤੇ ਬਾਈ ਜੀ ਆਪਣਾ ਨੰਬਰ ਮਾੜਾ ਜਿਹਾ ਬੋਲ ਦਿਓ ਜੀ। ਆਪਣਾ ਨੰਬਰ ਹੈਗਾ ਜੀ 94 643 11 900 11 900। ਹਾਂਜੀ, ਅਤੇ ਬਾਈ ਦੇ ਨਾਲ ਇੱਕ ਛੋਟੀ ਜਿਹੀ ਉਮਰ ਦਾ ਵੀ ਬੰਦਾ ਆਪਣਾ ਜਿਹੜਾ ਕੰਮ ਕਰਦਾ, ਤੇ ਭਰਾ ਤੁਹਾਡਾ ਮਨ ਨਹੀਂ ਬਣਿਆ ਬਾਹਰ ਬੂਰ ਨੂੰ ਜਹਾਜ਼ ਚੜੀ ਜਾਂਦੇ ਲੋਕ? ਨਹੀਂ ਬਣਿਆ ਨਹੀਂ, ਆਪਣੇ ਇੱਧਰ ਹੀ ਖੇਤੀਬਾੜੀ ਦਾ ਤੇ ਪਸ਼ੂਆਂ ਦਾ ਹੀ ਸ਼ੌਂਕ ਆ ਜੀ। ਠੀਕ ਆ, ਤੇ ਵੀਰ ਦਾ ਕਹਿਣਾ ਜੇ ਮੈਂ ਬਾਹਰ ਉੱਠ ਗਿਆ ਤਾਂ ਮੱਕੀ ਕੌਣ ਬੀਜੂਗਾ, ਤੇ ਬੜੀ ਸੋਧ ਕੇ ਮਸ਼ੀਨ ਚਲਾਉਂਦਾ ਹੁਣ ਉਰੇ ਬਾਈ ਆਪ ਸਿੱਧੇ ਕਰਨ ਲੱਗਾ, ਤਾਂ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਬਜਾਂ ਦਾ ਬੜੀ ਸੋਹਣੇ ਤਰੀਕੇ ਨਾਲ ਕਰ ਰਹੇ ਆ ਬਾਈ। ਅਤੇ ਬਾਈ ਦਾ ਨੰਬਰ ਆਪਾਂ ਮੈਨਸ਼ਨ ਵੀ ਕਰਾਂਗੇ ਸਕਰੀਨ 'ਤੇ ਵੀ, ਅਤੇ ਪੂਰੀ ਜਿਹੜੀ ਆ ਜਾਣਕਾਰੀ ਤੁਸੀਂ ਮਸ਼ੀਨ ਦੀ ਵੀ ਲੈ ਸਕਦੇ ਹੋ, ਅਤੇ ਤੁਸੀਂ ਮੱਕੀ ਵੀ ਬਜਾ ਸਕਦੇ ਹੋ। ਬਣੇ ਰਹੋ ਜੀ ਆਪਣੇ ਪੇਜ ਨਾਲ ਅਤੇ ਯੂਟਿਊਬ ਚੈਨਲ ਨਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।